ਸੰਜੇਤ ਸਿੰਘ ਦੇ WFIA ਦੇ ਪ੍ਰਦਾਨ ਬਨਨ ਨੂੰ ਲੈ ਕੇ ਭੱਖਿਆ ਵਿਵਾਦ ਪ੍ਰਿਯੰਕਾ ਗਾਂਧੀ ਨੇ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ ਪਹਿਲਵਾਨ ਬਜਰੰਗ ਪੁਨੀਆ ਨੇ ਪੀਐਮ ਦੀ ਰਿਹائش ਬਾਹਰ ਰੱਖੇ ਮੈਡਲ ਸ਼ਖਸ਼ੀਬ ਮਲਿਕ ਨੇ ਕੁਸ਼ਤੀ ਤੋਲ ਲਿਆ ਸਨਿਆ ਸਤਿਅਾਕਰ ਜੀ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸਰ ਸ਼ਰਮਾ ਸੁਆਗਤ ਕਰਦੀ ਹਾਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੱਜੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਪੂਸ਼ਨ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਦੀ ਚੋਣ ਨੂੰ ਲੈ ਕੇ ਵਿਵਾਦ جاری ਹੈ ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਪਹਿਲਵਾਨ ਬਜਰੰਗ ਪੁਨੀਆ ਅਤੇ ਸ਼ਖਸ਼ੀ ਮਲਿਕ ਨਾਲ ਮੁਲਾਕਾਤ ਕੀਤੀ ਜੋ ਕਿ ਬ੍ਰਿਜ ਪੂਸ਼ਨ ਤੇ ਲੱਗੇ ਜਿੰਸੀ ਸ਼ੋਸ਼ਣ ਦੇ ਖਿਲਾਫ ਪ੍ਰਦਰਸ਼ਨਾਂ ਦੇ ਮੁੱਖ ਚਿਹਰੇ ਸਨ ਪ੍ਰਯੰਕਾ ਗਾਂਧੀ ਨੇ ਮੁਲਾਕਾਤ ਦੌਰਾਨ ਕਿਹਾ ਕਿ ਮੈਂ ਇੱਕ ਔਰਤ ਦੇ ਰੂਪ ਦੇ ਵਿੱਚ ਆਈਆਂ ਸੋ ਤੁਹਾਨੂੰ ਦੱਸ ਦਈਏ ਕਿ ਟੋਕੀਓ 올림픽 ਦੇ ਕਾਂਸੀ ਤਗਮਾ ਜੇਤੂ ਪਹਿਲਵਾਨ ਬਜਰੰਗ ਪੁਨੀਆ ਨੇ ਸੰਜੇ ਸਿੰਘ ਦੇ WFIA ਦੇ ਪ੍ਰਧਾਨ ਬਣਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਆਪਣਾ ਪਦਮ ਸ਼੍ਰੀ ਵਾਪਸ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਇਸ ਸਬੰਧੀ ਦੇਸ਼ ਦੇ PM ਨਰਿੰਦਰ ਮੋਦੀ ਨੂੰ ਖੁੱਲਾ ਪੱਤਰ ਵੀ ਲਿਖਿਆ ਸੋ ਪੱਤਰ ਦੇ ਵਿੱਚ ਬਜਰੰਗ ਪੁਨੀਆ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਇਹ ਅਸੀਂ ਹੁਣ ਤੁਹਾਨੂੰ ਪੜ ਕੇ ਸੁਣਾਵਾਂਗੇ ਨਹੀਂ ਪੀਐਮ ਮੋਦੀ ਨੂੰ ਲਿਖੇ ਪੱਤਰ ਦੇ ਵਿੱਚ ਬਜਰੰਗ ਪੂਣੀਆਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਜੀ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੁਸੀਂ ਦੇਸ਼ ਦੀ ਸੇਵਾ ਦੇ ਵਿੱਚ ਰੁੱਝੇ ਹੋਵੋਗੇ ਤੁਹਾਡੇ ਰੁੱਝੇਵਿਆਂ ਦੇ ਵਿਚਾਰ ਮੈਂ ਤੁਹਾਡਾ ਧਿਆਨ ਦੇਸ਼ ਦੀ ਕੁਸ਼ਤੀ ਵੱਲ ਖਿੱਚਣਾ ਚਾਹੁੰਦਾ ਹਾਂ ਉਹਨਾਂ ਇਹ ਵੀ ਲਿਖਿਆ ਤੁਹਾਨੂੰ ਪਤਾ ਹੋਵੇਗਾ ਕਿ ਇਸ ਸਾਲ ਜਨਵਰੀ ਦੇ ਵਿੱਚ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਪੂਸ਼ਣ ਸਿੰਘ ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ ਮੈਂ ਵੀ ਉਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਗਿਆ ਸੀ ਜਦੋਂ ਸਰਕਾਰ ਨੇ ਠੋਸ ਕਾਰਵਾਈ ਦੀ ਗੱਲ ਕੀਤੀ ਤਾਂ ਅੰਦੋਲਨ ਰੁਕ ਗਿਆ ਸੀ ਪਰ 3 ਮਹੀਨਿਆਂ ਤੋਂ ਬ੍ਰਿਜ ਪੂਸ਼ਣ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅਸੀਂ ਅਪ੍ਰੈਲ ਦੇ ਵਿੱਚ ਫਿਰ ਸੜਕਾਂ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਪੁਲਿਸ ਘੱਟੋ-ਘੱਟ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰੇ ਪੁਨੀਆ ਨੇ ਲਿਖਿਆ ਕਿ ਜਨਵਰੀ ਦੇ ਵਿੱਚ ਸ਼ਿਕਾਇਤ ਕਰਨ ਵਾਲੀਆਂ ਮਹਿਲਾ ਪਹਿਲਵਾਨਾਂ ਦੀ ਗਿਣਤੀ 19 ਸੀ ਜੋ ਕਿ ਅਪ੍ਰੈਲ ਦੇ ਵਿੱਚ ਘਟ ਕੇ 7 ਰਹਿ ਗਈ ਯਾਨੀ ਇਨ੍ਹਾਂ 3 ਮਹੀਨਿਆਂ ਦੇ ਵਿੱਚ ਆਪਣੀ ਤਾਕਤ ਦੇ ਦਮਤੇ ਬ੍ਰਿਜ ਪੁਸ਼ਣ ਨੇ ਇंसाफ ਦੀ ਲੜਾਈ ਦੇ ਵਿੱਚ 12 ਮਹਿਲਾ ਪਹਿਲਵਾਨਾਂ ਨੂੰ ਹਰਾਇਆ ਸੋ ਤੁਹਾਨੂੰ ਦੱਸਦੀ ਜਦੋਂ ਪੂਣੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਅਤੇ ਸੰਜੇ ਸਿੰਘ ਦੀ ਚੋਣ ਦੇ ਵਿਰੋਧ ਦੇ ਵਿੱਚ ਆਪਣਾ ਪੱਤਰ ਸੌਂਪਣ ਲਈ ਸੰਸਦ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਆਪਣੀ ਡਿਊਟੀ ਤੇ ਰੋਕ ਲਿਆ ਤੇ ਜਦੋਂ ਪੂਣੀਆਂ ਨੂੰ ਦਿੱਲੀ ਪੁਲਿਸ ਅਧਿਕਾਰੀਆਂ ਨੇ ਰੋਕਿਆ ਤਾਂ ਉਹਨਾਂ ਕਿਹਾ ਕਿ ਨਹੀਂ ਮੇਰੇ ਕੋਲ ਕੋਈ ਇਜਾਜ਼ਤ ਨਹੀਂ ਹੈ ਤੇ ਨਾ ਤਾਂ ਮੈਂ ਵਿਰੋਧ ਕਰ ਰਿਆਂ ਤੇ ਨਾ ਹੀ ਮੈਂ ਹਮਲਾਵਰ ਹਾਂ ਸੋ ਇਸ ਦੇ ਚਾਲੇ ਤੁਹਾਨੂੰ ਦੱਸਦੀ ਕਿ ਬਜਰੰਗ ਪੂਣੀਆਂ ਦੇ ਵੱਲੋਂ ਜੋ ਆਪਣੇ ਮੈਡਲ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹائش ਦੇ ਬਾਹਰ ਫੁੱਟਪਾਥ ਤੇ ਰੱਖੇ ਗਏ ਨੇ ਜੋ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੋ ਤੁਸੀਂ ਵੀ ਇਹ ਵੀਡੀਓ ਲਗਾਤਾਰ ਆਪਣੀ ਸਕਰੀਨ ਤੇ ਦੇਖ ਰਹੇ ਹੋਵੋਗੇ ਦੱਸ ਦਿਓ ਕਿ ਬਜਰੰਗ ਪੂਣੀਆਂ ਦੇ ਵੱਲੋਂ ਜੋ ਆਪਣੇ ਪਦਮਸ਼ੀਰੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਾਪਸ ਕੀਤੇ ਗਏ ਨੇ ਅਤੇ ਫੁੱਟਪਾਥ ਤੇ ਹੀ ਰੱਖੇ ਗਏ ਨੇ ਤੇ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਸ਼ਾਕਸ਼ੀ ਮਲਿਕ ਦੀ ਤਾਂ ਸ਼ਾਕਸ਼ੀ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਪੂਰੇ ਦਿਲ ਨਾਲ ਲੜੇ ਪਰ ਜਦੋਂ ਬ੍ਰਿਜ ਪੋਸ਼ਣ ਵਰਗਾ ਵਿਅਕਤੀ ਉਸ ਦਾ ਵਪਾਰਕ ਭਾਈਵਾਲ ਅਤੇ ਨਜ਼ਦੀਕੀ ਸਹਿਯੋਗੀ WFII ਦਾ ਪ੍ਰਦਾਨ ਚੁਣਿਆ ਗਿਆ ਤਾਂ ਮੈਂ ਕੁਸ਼ਤੀ ਛੱਡਦੀ ਹਾਂ ਅੱਜ ਤੋਂ ਬਾਅਦ ਤੁਸੀਂ ਮੈਨੂੰ ਮੈਟ ਤੇ ਨਹੀਂ ਦੇਖੋਗੇ ਅਜਿਹਾ ਕਹਿਣਾ ਹੈ ਸ਼ਖਸ਼ੀ ਮਲਿਕ ਦਾ ਜਿਸ ਨੇ ਪ੍ਰੈਸ ਕਾਨਫਰੈਂਸ ਦੇ ਦੌਰਾਨ ਜੋ ਕਿ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਤੇ ਦੂਜੀ ਪਾਸੇ ਬਜਰੰਗ ਪੂਣੀਆਂ ਦੇ ਵੱਲੋਂ ਵੀ ਆਪਣੇ ਪਦਮ ਸ਼੍ਰੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਾਪਸ ਕੀਤੇ ਗਏ ਨੇ ਅਤੇ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ 1 ਸਾਲ ਦੇ ਕਰੀਬ ਹੋ ਗਿਆ ਇਸ ਪ੍ਰਦਰਸ਼ਨ ਜੋ ਕਿ ਮਹਿਲਾ ਪਹਿਲਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਬ੍ਰਿਜ ਪੁਸ਼ਨ ਸਰਣ ਸਿੰਘ ਦੇ ਖਿਲਾਫ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਸ ਨੂੰ WFIA ਦੇ ਜੋ ਪ੍ਰਦਾਨ ਦੇ ਅਹੁਦੇ ਤੋਂ ਹਟਾਇਆ ਜਾਵੇ ਹਾਲਾਂਕਿ ਉਹਨਾਂ ਨੂੰ ਪ੍ਰਦਾਨ ਦੇ ਅਹੁਦੇ ਤੋਂ ਹਟਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਜਿਵੇਂ ਹੀ ਚੋਣਾਂ ਹੋਈਆਂ ਤਾਂ ਬ੍ਰਿਜ ਪੋਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੀਤ ਸਿੰਘ ਨੂੰ ਹੀ WFII ਦਾ ਪ੍ਰਦਾਨ ਬਣਾਇਆ ਗਿਆ ਜਿਸ ਦੇ ਚਲਦਿਆਂ ਪਹਿਲਵਾਨਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਹੈ ਇਸੇ ਰੋਸ ਦੇ ਚਲਦਿਆਂ ਹੀ ਸ਼ਖਸ਼ੀ ਮਲਿਕ ਨੇ ਸੰਨਿਆਸ ਲੈ ਲਿਆ ਤੇ ਦੂਜੀ ਪਾਸੇ ਬਜਰੰਗ ਪੂਨੀਆ ਦੇ ਵੱਲੋਂ ਵੀ ਆਪਣੇ ਪਦਮਜੀਦੀ ਨੇ ਉਹ ਵਾਪਸ ਕੀਤੇ ਗਏ ਦੇਖਦੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਧੰਨਵਾਦ